ਜਬਰ ਦੇ ਜਬਰ ਦੀ ਤੇ ਸਾਡੇ ਸਬਰ ਦੀ ਬੜੀ ਅਨੋਖੀ ਕਹਾਣੀ ਹੈ। ਸਾਡੇ ਖੇਤ ਖੋਣ ਵਾਲੇ ਆਵੇ, ਤੂੰ ਰੋਟੀ ਕਿੱਥੋਂ ਖਾਣੀ ਆ। ਦੀਪ ਸਿੱਧੂ, ਦਿੱਲੀ ਤੋਂ ਜਦੋਂ ਪੰਜਾਬ ਆਉਂਗੇ ਤਾਂ ਜਿਸ ਥਾਂ ਦੇ ਉੱਤੇ ਤੁਹਾਨੂੰ ਪੰਜਾਬ ਦੀ ਐਂਟਰੀ ਮਿਲਦੀ ਆ, ਉੱਥੇ ਮੋਰਚਾ ਲੱਗਿਆ ਹੋਇਆ, ਯਾਨੀ ਕਿ ਸ਼ੰਭੂ ਮੋਰਚਾ, ਜਿਸ ਦੀ ਸ਼ੁਰੂਆਤ ਜਾਂ ਜਿਸਦਾ ਔਰਗੇਨਾਈਜੇਸ਼ਨ ਜਾਂ ਜਿਹਦੇ ਰੂਪ ਰੇਖਾ ਤਿਆਰ ਕੀਤੀ ਜਾਂ ਜਿਸ ਦੇ ਵਿੱਚ ਅੱਗੇ ਲੱਗ ਕੇ ਮੋਹਰੀ ਭੂਮਿਕਾ ਨਿਭਾਈ ਦੀਪ ਸਿੱਧੂ ਹੋਰਾਂ ਨੇ। ਦੀਪ ਸਿੱਧੂ ਨੂੰ ਤੁਸੀਂ ਚੰਗੀ ਤਰ੍ਹਾਂ ਬਖੂਬੀ ਜਾਣਦੇ ਹੋ, ਜੋਰਾ ਚੈਪਟਰ ਤੁਸੀਂ ਚੰਗੇ ਤਰੀਕੇ ਨਾਲ ਦੇਖੇ ਹੋਏ ਨੇ। ਦੀਪ ਬਾਈ, ਤੁਸੀਂ ਕਹਿ ਰਹੇ ਹੋ ਕਿ ਇਵੋਲਵ ਹੋਏ ਹੋ ਚੀਜ਼ਾਂ, ਬਿਲਕੁਲ ਜ਼ਿੰਦਗੀ 'ਚ ਹੌਲੀ ਹੌਲੀ ਬੰਦਾ ਇਵੋਲਵ ਹੁੰਦਾ, ਸਮਝ ਆਈ ਕਿਤੇ ਲੱਗਿਆ ਕਿ ਹੁਣ ਸਾਨੂੰ ਬਦਲਾਅ ਵਾਸਤੇ ਆਵਾਜ਼ ਉਠਾਉਣੀ ਪੈਣੀ ਆ। ਇਹ ਜਿਹੜੇ ਕਿਸਾਨ ਮੋਰਚਿਆਂ ਤੋਂ ਵਰਤਾਰੇ ਸ਼ੁਰੂ ਹੋਏ, ਤੁਹਾਡੇ ਵਾਲਾ ਜਿਹੜਾ ਨੌਜਵਾਨੀ ਮੋਰਚਾ ਹੈ, ਇਹ ਪੰਜਾਬ ਦਾ ਮੋਰਚਾ ਹੋ ਗਿਆ, ਕਿਉਂਕਿ ਤੁਸੀਂ ਸਿਰਫ ਕਿਸਾਨ ਦੀ ਗੱਲ ਨਹੀਂ ਕਰ ਰਹੇ, ਤੁਸੀਂ ਓਵਰਆਲ ਪੰਜਾਬੀਅਤ ਦੇ ਮੁੱਦਿਆਂ ਦੀ ਗੱਲ ਕਰ ਰਹੇ ਹੋ। ਕੀ ਕਿਸਾਨੀ ਮੋਰਚੇ ਨਾਲੋਂ ਸਾਡੇ ਵਾਲੇ ਮੋਰਚੇ ਦਾ ਕੋਈ ਵੱਖਰੇਵਾਂ ਹੈ? ਬਾਈ ਜੀ, ਨਹੀਂ ਕੋਈ ਵੱਖਰੇਵਾਂ ਨਹੀਂ ਆ, ਪਰ ਇੱਕ ਛੋਟੀ ਜੀ ਜਿਹੜੀ ਗੱਲ ਸਮਝਣ ਦੀ ਜ਼ਰੂਰਤ ਆ। ਤੁਸੀਂ ਇਹ ਦੇਖੋ, ਮੈਂ ਹਮੇਸ਼ਾ ਇਹ ਗੱਲ ਕਰ ਰਿਹਾ ਵੀ ਤੁਸੀਂ ਫਸਲ ਬੀਜਣੀ ਆ, ਬੀ ਲੈਣਾ, ਕੰਪਨੀਆਂ ਉਹਦਾ ਰੇਟ ਡਿਸਾਈਡ ਕਰਦੀਆਂ। ਜੇ ਤੁਸੀਂ ਟਰੈਕਟਰ ਲੈਣਾ, ਮਸ਼ੀਨਰੀ ਲੈਣੀ ਆ, ਕੰਪਨੀਆਂ ਉਹਦਾ ਰੇਟ ਡਿਸਾਈਡ ਕਰਦੀਆਂ। ਜੇ ਤੁਸੀਂ ਰੇ ਸਪਰੇ ਲੈਣੀ ਆ, ਕੰਪਨੀਆਂ ਉਹਦਾ ਰੇਟ ਡਿਸਾਈਡ ਕਰਦੀਆਂ, ਠੀਕ ਆ। ਜੇ ਤੁਸੀਂ ਜਿਹੜਾ ਪਾਣੀ ਅਤੇ ਬਿਜਲੀ ਲੈਣੀ ਆ, ਸਰਕਾਰ ਉਹਦਾ ਰੇਟ ਡਿਸਾਈਡ ਕਰਦੀ ਆ। ਲੇਬਰ ਆ, ਸਰਕਾਰ ਉਹਦਾ ਰੇਟ ਡਿਸਾਈਡ ਕਰਦੀ ਆ। ਅਤੇ ਜੇ ਤੁਸੀਂ ਫਸਲ ਆਪਦੀ ਵੇਚਣੀ ਆ, ਉਹ ਵੀ ਰੇਟ ਡਿਸਾਈਡ ਸਰਕਾਰ ਕਰਦੀ। ਦੂਸਰਾ ਕਿਉਂ ਕਰੇ, ਹੈ ਨਾ? ਇਹ ਵੀ ਕਦੇ ਹੋਇਆ ਵੀ ਜਿਹੜਾ ਖਰੀਦਣ ਵਾਲਾ ਬੰਦਾ ਉਹ ਤੁਹਾਨੂੰ ਜਿਹੜੀਆਂ ਚੀਜ਼ਾਂ ਦਿੰਦਾ ਉਹ ਵੀ ਡਿਸਾਈਡ ਕਰੇ ਰੇਟ, ਅਤੇ ਜਿਹੜਾ ਤੁਸੀਂ ਉਹਨੂੰ ਦਿੰਦੇ ਉਹ ਵੀ ਰੇਟ ਉਹ ਡਿਸਾਈਡ ਕਰੇ? ਇਟ ਮੀਨਸ ਕਿ ਦੀਪ ਸਿੱਧੂ ਇਸ ਵੇਲੇ ਕਹਿ ਰਿਹਾ ਕਿ ਪੂਰੇ ਸਿਸਟਮ ਨੂੰ ਬਦਲਣ ਦੀ ਲੋੜ ਹੈ, ਨਾ ਕਿ ਇੱਕ ਅੱਧੀ ਚੀਜ਼ਾਂ ਦੀਆਂ ਮਤਾਂ ਬਦਲਣ ਦੀ ਲੋੜ ਹੈ। ਗੱਲ ਆਏ ਆ, ਮੈਂ ਇਹ ਕਹਿ ਰਿਹਾ, ਸਾਡੀ ਇੱਕ ਪੀੜ੍ਹੀ ਫਸਲਾਂ ਦੇ ਲਾਹੇਵੰਦ ਉਪਜਾਂ ਦੇ, ਖੇਤੀ ਦੀਆਂ ਉਪਜਾਂ ਦੇ ਲਾਹੇਵੰਦ ਭਾਅ ਲੈਣ 'ਚ ਸਰਕਾਰ ਤੋਂ ਮੰਗ ਕੇ ਉਹ ਖਤਮ ਹੋ ਗਈ। ਫਿਰ ਕਿਸਾਨ ਜਥੇਬੰਦੀਆਂ ਦੇ ਆਗੂ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਕਰਦੇ ਬਿਰਧ ਹੋ ਗਏ। ਮਿਲੀ ਰਿਆਇਤ, ਮਿਲੀ ਰਿਆਇਤ ਥੋੜ੍ਹੀ ਜਿਹੀ ਦੇ ਕੇ ਸਾਨੂੰ ਖੁਸ਼ ਕਰ ਦਿੰਦੇ ਸੀ। ਜੇ ਅਸੀਂ ਵਰਤਾਰਾ ਰਿਆਇਤ ਵਾਲਾ ਚੱਲਦਾ ਰਿਹਾ ਤਾਂ ਨਵੇਂ ਜਿਹੜੇ ਨੌਜਵਾਨ ਆ ਅੱਜ ਤੁਹਾਨੂੰ ਦੇਖ ਰਹੇ ਆ, ਇਹ ਉਹ ਬਿਰਧ ਆਗੂਆਂ ਦੀ ਜਗ੍ਹਾ ਲੈ ਲੈਣਗੇ, ਇਹ ਵੀ ਲੜਦੇ ਰਹਿਣਗੇ, ਫਿਰ ਇਹ ਵੀ ਬਿਰਧ ਹੋ ਜਾਣਗੇ, ਅਤੇ ਇਹ ਵਰਤਾਰਾ ਹੀ ਚੱਲਦਾ ਰਹਿਣਾ। ਮੈਨੂੰ ਬੜੀ ਵਧੀਆ ਗੱਲ ਲੱਗੀ ਕਿ ਤੁਸੀਂ ਜਦੋਂ ਵੀ ਗੱਲ ਕਰ ਰਹੇ ਹੋ, ਤੁਸੀਂ ਗੱਲ ਕਰ ਰਹੇ ਹੋ ਕਿ ਭਾਈ ਨੌਜਵਾਨੀ ਨੂੰ ਅੱਗੇ ਲੈ ਕੇ ਆਈਏ। ਠੀਕ ਹੈ, ਤੁਹਾਡੇ ਕੋਲ ਤਜਰਬਾ ਹੈ, ਤੁਸੀਂ ਆਪਣੇ ਤਜਰਬੇ ਨਾਲ ਸਿਧਤ ਕਰਦੇ ਰਹੋ, ਅਤੇ ਹੁਣ ਅੱਗੇ ਲੱਗਣ ਦੀ ਵਾਰੀ ਜਿਹੜੀ ਆ ਉਹ ਨੌਜਵਾਨਾਂ ਦੀ ਹੈ, ਇਹਨਾਂ ਨੂੰ ਮੌਕਾ ਤਾਂ ਦਿਓ। ਨਹੀਂ, ਗੱਲ ਇਹ ਵੀ ਨਹੀਂ ਆ ਅੱਗੇ ਜਾਂ ਪਿੱਛੇ ਲੱਗਣ ਦੀ ਗੱਲ ਨਹੀਂ ਆ, ਗੱਲ ਇਹ ਆ ਪਹਿਲਾਂ ਇਹ ਸਮਝੀਏ ਵੀ ਸਾਨੂੰ ਚਾਹੀਦਾ ਕੀ ਆ, ਸਾਡੀ ਲੜਾਈ ਕੀ ਆ। ਸਾਡੀ ਲੜਾਈ ਜੇ ਰਿਆਇਤਾਂ ਦੀ ਆ, ਫਿਰ ਤਾਂ ਉਹਦੇ 'ਚੋਂ ਖੁਦਕੁਸ਼ੀਆਂ ਅਤੇ ਕਰਜ਼ੇ ਨਿਕਲਦੇ ਰਹਿਣੇ ਆ, ਇਹ ਬੰਦ ਨਹੀਂ ਹੋਣੇ। ਉਨੀਆਂ ਕੀ ਮਿਲਣੀਆਂ ਜਿਵੇਂ ਪਹਿਲਾਂ ਭੀਖ ਦੇ ਦਿੰਦੇ ਸੀ ਉਸ ਤਰੀਕੇ ਨਾਲ, ਔਰ ਇਸ ਗੱਲ ਦਾ ਅਸੀਂ ਆਤਮਿਕਰਨ ਨਹੀਂ ਕਰ ਲਿਆ। ਇਹ ਦੇਖ ਲਓ, ਸੱਤ ਬੱਚੇ ਨਹੀਂ ਕਹਿਤਾ ਅਸੀਂ ਇਸ ਗੱਲ ਨੂੰ ਵੀ ਦਿੱਲੀ ਸਾਡੇ ਹੱਕ, ਸਾਡੇ ਫੈਸਲੇ ਲੈ ਸਕਦੀ ਆ। ਇਸ ਗੱਲ ਨੂੰ ਇਹ ਸਵਾਲ ਕਿਉਂ ਨਹੀਂ ਕੀਤਾ ਵੀ ਸਾਡੇ ਫੈਸਲੇ ਅਸੀਂ ਆਪ ਕਿਉਂ ਨਹੀਂ ਲੈ ਸਕਦੇ, ਪੰਜਾਬ ਕਿਉਂ ਨਹੀਂ ਲੈ ਸਕਦਾ, ਪੰਜਾਬ ਸਰਕਾਰ ਕਿਉਂ ਨਹੀਂ ਲੈ ਸਕਦੀ? ਜਦੋਂ ਤੱਕ ਇਹ ਸਵਾਲ ਨਹੀਂ ਪੁੱਛਾਂਗੇ ਅਸੀਂ ਆਪਦੇ ਆਪ ਨੂੰ, ਉਦੋਂ ਤੱਕ ਸਾਨੂੰ ਜੇ ਕਹੀਏ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਸੁਧਾਰ ਆ ਜੂਗਾ, ਉਹ ਨਹੀਂ ਆਉਣਾ। ਇਸ ਕਰਕੇ ਖੁਦ ਮੁਖਤਿਆਰੀ ਕਿਸਾਨੀ 'ਚ ਜਾਂ ਮਜ਼ਦੂਰਾਂ ਦੇ ਜਿਹੜੇ ਹੱਕ ਆ ਉਹਦੇ 'ਚ ਸਾਡੇ ਕੋਲ ਹੋਣੀ ਬਹੁਤ ਜ਼ਰੂਰੀ ਆ, ਜੇ ਅਸੀਂ ਕਿਸਾਨੀ ਅਤੇ ਖੇਤੀ ਦਾ ਸੁਧਾਰ ਕਰਨਾ। ਤਾਂ ਯਾਨੀ ਕਿ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਫੈਡਰਲ ਢਾਂਚੇ 'ਤੇ ਆਉਣਾ ਪਊ, ਸਾਨੂੰ ਫੈਡਰਲਿਜ਼ਮ 'ਤੇ ਆਉਣਾ ਪੈਣਾ ਪ੍ਰੋਪਰ ਜ਼ਰੂਰੀ ਆ। ਬਾਈ, ਤੁਸੀਂ ਮੈਨੂੰ ਐਂ ਦੱਸੋ, ਜੇ ਤੁਹਾਡੇ ਫੈਸਲੇ ਕੋਈ ਬਾਹਰ ਵਾਲਾ ਕਰੂਗਾ, ਕਦੇ ਤੁਹਾਡੇ ਹੱਕ 'ਚ ਕਰ ਸਕਦਾ? ਨਹੀਂ ਕਰੂਗਾ। ਦੀਪ ਵੀਰ, ਹੱਲ ਜਿਹੜਾ ਨਿਕਲਣਾ ਉਹ ਰਾਜਨੀਤਿਕ ਪਲੇਟਫਾਰਮਾਂ 'ਤੇ ਹੀ ਜਾ ਕੇ ਨਿਕਲਣਾ, ਅਲਟੀਮੇਟਲੀ ਟੇਬਲ ਟਾਕ ਹੋਏਗੀ ਗੱਲਬਾਤ ਨਾਲ, ਔਰ ਦੂਜੀ ਗੱਲ ਰਾਜਨੀਤਿਕ ਧਿਰਾਂ ਨਾਲ ਹੋਊਗੀ। ਸੈਂਟਰ ਦੀ ਗੱਲ ਬਾਅਦ 'ਚ ਕਰਾਂਗੇ। ਪੰਜਾਬ ਦੀਆਂ ਰਾਜਨੀਤਿਕ ਧਿਰਾਂ ਨੂੰ ਇਸ ਵੇਲੇ ਇਸ ਪੂਰੇ ਸੰਘਰਸ਼ ਨੂੰ ਇਕੱਲਾ ਕਿਸਾਨੀ ਦਾ ਮੋਰਚਾ ਨਾ ਲਾਈਏ, ਪੰਜਾਬੀਅਤ ਦਾ ਜਾਂ ਪੰਜਾਬੀਆਂ ਦਾ ਮੋਰਚਾ, ਪੰਜਾਬ ਦੀਆਂ ਰਾਜਨੀਤਿਕ ਧਿਰਾਂ ਇਹਨੂੰ ਕਿਵੇਂ ਲੈ ਰਹੀਆਂ ਨੇ, ਅਤੇ ਤੁਸੀਂ ਇਹਨਾਂ ਨੂੰ ਕਿਵੇਂ ਵੇਖਦੇ ਹੋ? ਦੇਖੋ, ਪੰਜਾਬ ਦੀਆਂ ਰਾਜਨੀਤਿਕ ਧਿਰਾਂ, ਪਹਿਲੀ ਗੱਲ ਤਾਂ ਇਹਦੇ 'ਚ ਰੈਲੇਵੈਂਟ ਹੀ ਨਹੀਂ ਰਹੀਆਂ, ਕਿਉਂਕਿ ਚਾਹੇ ਸੈਂਟਰ 'ਚ ਇੱਕ ਆਪੋਜੀਸ਼ਨ ਹੋਵੇ ਚਾਹੇ ਸਟੇਟ ਹੋਵੇ, ਜਦੋਂ ਅਪੋਜ਼ ਕਰ ਰਹੀ ਆ ਉਹ ਇੱਕ ਆਪੋਜੀਸ਼ਨ ਦਾ ਰੋਲ ਪਲੇ ਕਰਦੀ ਆ, ਔਰ ਉਹਨਾਂ ਦੀ ਰੈਲੇਵੈਂਸ ਹੀ ਨਹੀਂ ਰਹੀ। ਕਿਉਂ ਨਹੀਂ ਰਹੀ? ਕਿਉਂਕਿ ਹੁਣ ਉਹੀ ਗੱਲ ਆ, ਦੁਸ਼ਮਣ ਨੂੰ ਵੀ ਸਮਝੋ, ਉਹਦੀ ਮਾਨਸਿਕਤਾ ਅਤੇ ਤਾਸੀਰ ਸਮਝੋ।
ਉਹਨਾਂ 'ਚ ਹਉਮੈ ਅਤੇ ਵਿਚਾਰਧਾਰਕ ਤੌਰ 'ਤੇ ਐਡੀ ਪਰਪੱਕਤਾ ਉਹ ਨਹੀਂ ਸੁਣਦੇ, ਤੁਹਾਨੂੰ ਹਿਊਮੀਲੇਟ ਕਰਕੇ ਤੋਰਦੇ ਆ ਉਹ। ਉਹਨਾਂ ਨੇ ਓਪੋਜੀਸ਼ਨ ਨੂੰ ਹਿਊਮੀਲੇਟ ਕੀਤਾ। ਉਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਆਗੂ ਇੱਕ ਭਰਮ ਲੈ ਕੇ ਗਏ ਸੀ ਵੀ ਬਹੁਤ ਪ੍ਰੈਸ਼ਰ ਪੈ ਗਿਆ ਸੈਂਟਰ 'ਤੇ, ਪਰ ਤੁਸੀਂ ਦੇਖ ਲਓ ਹਿਊਮੀਲੇਟ ਕਰਕੇ ਤੋਰੇ ਆ। ਉਹ ਭਰਮ ਟੁੱਟਿਆ ਉੱਥੇ ਤਾਂ ਹਰਟ ਹੋਏ, ਹਰਟ ਹੋ ਕੇ ਉਹਨਾਂ ਨੇ ਨਾਰੇ ਵੀ ਲਾਏ, ਬਿੱਲ ਵੀ ਪਾੜੇ। ਪਰ ਗੱਲ ਸਮਝਣ ਦੀ ਕੀ ਜ਼ਰੂਰਤ ਆ, ਸਾਡਾ ਦੁਸ਼ਮਣ ਕੌਣ ਆ, ਦੁਸ਼ਮਣ ਦੀ ਮਾਨਸਿਕਤਾ ਅਤੇ ਤਾਸੀਰ ਕੀ ਆ। ਉਹ ਤਾਂ ਟੱਸ ਤੋਂ ਮੱਸ ਨਹੀਂ ਹੋ ਰਹੇ, ਹੁਣ ਕਰਨੇ ਕਿਵੇਂ ਆ, ਧਰਨਿਆਂ ਤਾਂ ਅਗਲਾ ਪੜਾਅ ਕੀ ਆ, ਸਾਡੀ ਰਣਨੀਤੀ ਕੀ ਆ, ਸਾਡੀ ਸੂਬਿਆਂ ਨੂੰ ਬਾਕੀਆਂ ਨੂੰ ਲੈ ਕੇ ਰਣਨੀਤੀ ਕੀ ਆ, ਹੈ ਨਾ, ਜਾਂ ਮੂਵਮੈਂਟ ਨੂੰ ਵੱਡਾ ਕਿਵੇਂ ਕਰਨਾ, ਘਰਾਂ 'ਚ ਕਿਵੇਂ ਲੈ ਕੇ ਜਾਣਾ, ਇਹ ਸਾਰੀਆਂ ਗੱਲਾਂ। ਫਿਰ ਸਾਡੀ ਆਪਦੀ ਪ੍ਰੈਪਰੇਸ਼ਨ ਕੀ ਆ, ਜਿਵੇਂ ਤੁਸੀਂ ਕਿਹਾ ਟੇਬਲ ਟਾਕ ਹੋਣੀ ਆ, ਟੇਬਲ ਟਾਕ ਜੇ 7 ਕਿਸਾਨ ਆਗੂ ਜਾ ਕੇ ਬੈਠਣਗੇ, ਉਹ ਦੇਖੋ ਪ੍ਰੈਪਰੇਸ਼ਨ ਹੀ ਨਹੀਂ ਸੀ। ਤੁਸੀਂ ਇੱਕ ਪੈਨਲ ਲੈ ਕੇ ਜਾਓ, ਇੱਕ ਐਗਰੋ ਇਕਨੋਮਿਸਟ ਨੂੰ ਲੈ ਕੇ ਜਾਓ, ਲੀਗਲ ਬ੍ਰੇਨਸ ਨੂੰ ਲੈ ਕੇ ਜਾਓ, ਜਿਹੜੇ ਉਸ ਪੋਲਿਸੀਜ਼ 'ਤੇ ਗੱਲ ਕਰ ਸਕਣ। ਤੁਸੀਂ ਸੇਧ ਦਿਓ ਉਹਨਾਂ ਨੂੰ, ਅੱਗੇ ਲੱਗੋ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਤਜਰਬਾ ਤੁਹਾਡੇ ਕੋਲ, ਤੁਹਾਨੂੰ ਅਸੀਂ ਇੱਜ਼ਤ ਦਿੰਦੇ ਹਾਂ, ਹੈ ਨਾ। ਪਰ ਜਿੱਤਣਾ ਕਿਹਨੇ ਆ, ਵੱਧ ਗਿਣਤੀ ਨੇ ਨਹੀਂ ਜਿੱਤਣਾ, ਪ੍ਰੋਗਰਾਮ ਨੇ ਜਿੱਤਣਾ। ਵਧੀਆ ਪ੍ਰੋਗਰਾਮ ਨੇ ਜਾਂ ਵੱਧ ਵਧੀਆ ਵਿਚਾਰ ਨੇ ਜਿੱਤਣਾ? ਨਹੀਂ ਨਹੀਂ, ਹਮੇਸ਼ਾ ਪ੍ਰੋਗਰਾਮ ਨੇ ਜਿੱਤਣਾ ਜਿਹਦੇ 'ਚ ਸੱਚ ਅਤੇ ਲੋਕ ਹਿੱਤ ਗੱਲ ਹੋਵੇ, ਇਹ ਗੱਲ ਪਰ ਪੱਕੀ ਆ। ਸਰਕਾਰ ਨੂੰ ਝੁਕਣਾ ਪੈ ਜਾਣਾ ਜਦੋਂ, ਦੇਖੋ ਲੋਕਾਂ ਦੀਆਂ, ਜੇ ਤੁਸੀਂ ਕਹੋ ਵੀ ਜ਼ਮੀਰਾਂ ਨਹੀਂ ਜਾਗਦੀਆਂ, ਜਾਗਦੀਆਂ, ਜੇ ਪੰਜਾਬ 'ਚ ਜਾਗਦੀਆਂ ਤਾਂ ਬਾਕੀ ਵੀ ਜਾਗਦੀਆਂ, ਪਹੁੰਚਣ ਦੀ ਜ਼ਰੂਰ, ਸਾਨੂੰ ਅਪਰੋਚ ਕਰਨੀ ਪਊ। ਬਿਲਕੁਲ ਭਾਈ, ਗੱਲ ਫਿਰ ਇੱਥੇ ਆ ਕੇ ਅੜਦੀ ਆ ਨਾ, ਇਹ ਦੇਖ ਲਈਏ ਅਸੀਂ ਸੰਘਰਸ਼ ਆਗੂਆਂ ਦਾ ਕਿ ਲੋਕਾਂ ਦਾ। ਜੇ ਆਗੂਆਂ ਦਾ ਸੰਘਰਸ਼ ਆ ਤਾਂ ਜਿਵੇਂ ਲੜਿਆ ਜਾ ਰਿਹਾ ਉਹਦੇ ਤੋਂ ਐਂ ਲੱਗ ਰਿਹਾ ਆਗੂਆਂ ਦਾ ਸੰਘਰਸ਼ ਆ, ਪਰ ਜਿਵੇਂ ਲੜਿਆ ਜਾਣਾ ਚਾਹੀਦਾ ਇਹਨੂੰ ਲੁਕਾਈ ਦਾ ਬਣਾਉਣਾ ਪਊਗਾ। ਇੱਕ ਦੂਸਰੀ ਗੱਲ ਦੀਵੇ, ਮੇਰੇ ਖਿਆਲ 'ਚ ਇਹਦੇ ਵਿੱਚ ਕਿਤੇ ਨਾ ਕਿਤੇ ਪਾੜਾ ਵੀ ਕ੍ਰੀਏਟ ਹੋ ਜਾਂਦਾ, ਇੱਕ ਸ਼ਹਿਰੀ ਵਰਗ ਦਾ ਪਾੜਾ ਕ੍ਰੀਏਟ ਕਰ ਦਿੰਦੇ ਆ, ਇਹ ਗੱਲਾਂ ਫੈਲਾ ਦਿੱਤੀਆਂ ਜਾਂਦੀਆਂ, ਜਾਂ ਕਿਸਾਨਾਂ ਨੂੰ ਕਹਿ ਦਿੰਦੇ ਨੇ ਵੀ ਇਹ ਤਾਂ ਭਾਈ ਪਿੰਡਾਂ ਵਾਲਿਆਂ ਦਾ ਸੰਘਰਸ਼ ਹੈ, ਠੀਕ ਹੈ, ਅਤੇ ਸ਼ਹਿਰੀ ਵਰਗ ਹੈ ਜਿਹੜਾ ਦੁਕਾਨਦਾਰ ਵਰਗ ਹੈ, ਹਾਲਾਂਕਿ ਨੁਕਸਾਨ ਓਵਰਆਲ ਸਾਰਿਆਂ ਦਾ ਹੋਣਾ, ਇਹਨਾਂ ਤਿੰਨ ਕਾਨੂੰਨਾਂ ਨਾਲ ਓਵਰਆਲ ਸਾਰਿਆਂ ਦਾ ਨੁਕਸਾਨ ਹੋਣਾ। ਕੀ ਇਸ ਰਾਜਨੀਤਿਕ, ਮਾਫ ਕਰਨਾ, ਕੀ ਇਸ ਸੰਘਰਸ਼ ਦੇ ਵਿੱਚੋਂ ਪੰਜਾਬ ਨੂੰ ਨਵੀਆਂ ਰਾਜਨੀਤਿਕ ਲੋਕ ਵੀ ਮਿਲ ਸਕਦੇ ਆ, ਨਵੇਂ ਰਾਜਨੀਤਿਕ ਬਦਲਾਅ ਵੀ ਆ ਸਕਦੇ ਆ, ਰਾਜਨੀਤਿਕ ਬਦਲ ਦੇ ਤੌਰ ਦੇ ਉੱਤੇ ਨੌਜਵਾਨੀ ਵੀ ਖੜੀ ਹੋ ਸਕਦੀ ਹੈ ਇਹਨਾਂ ਸਾਰੇ ਸੰਘਰਸ਼ਾਂ 'ਚੋਂ? ਬਾਈ ਇਹ ਗੱਲ ਨਾ, ਦੇਖੋ ਇਹ ਵੀ ਲੋਕ ਹੀ ਡਿਸਾਈਡ ਕਰਦੇ ਆ, ਬੜੀ ਪ੍ਰੀਮੈਚਿਓਰ ਗੱਲ ਹੋਊਗੀ, ਆਪਾਂ ਕਿਆਸਾਂ ਲਾ ਲੈਂਦੇ ਹਾਂ, ਜਾਂ ਆਪਾਂ ਕਹੀਏ ਵੀ ਆਗੂ ਨਿਕਲਣ, ਕੋਈ ਖੇਤਰੀ ਪਾਰਟੀ ਨਿਕਲੇ। ਖੇਤਰੀ ਪਾਰਟੀ ਤਾਂ ਵੈਸੇ ਵੀ ਪੰਜਾਬ ਕੋਲ ਹੋਣੀ ਚਾਹੀਦੀ ਹੈ ਇੱਕ, ਜੇ ਦੇਖੋ ਜਿਹੜੀਆਂ ਖੇਤਰੀ ਪਾਰਟੀਆਂ ਸੀ ਉਹ ਫੇਲ ਹੋ ਗਈਆਂ, ਉਹਨਾਂ ਨੇ ਪੰਜਾਬ ਲਈ ਕੋਈ ਵਧੀਆ ਕੰਮ ਨਹੀਂ ਕੀਤਾ। ਸੋ ਖੇਤਰੀ ਪਾਰਟੀ ਤਾਂ ਪੰਜਾਬ ਕੋਲ ਵੈਸੇ ਵੀ ਹੋਣੀ ਚਾਹੀਦੀ ਆ, ਜਿਹੜੀ ਪੰਜਾਬ ਦੀ ਗੱਲ ਕਰੇ, ਖੁਦ ਮੁਖਤਿਆਰੀ ਦੀ ਗੱਲ ਕਰੇ, ਸਾਡੇ ਹੱਕਾਂ ਦੀ ਗੱਲ ਕਰੇ, ਜਿਹੜਾ ਦਿੱਲੀ ਦੇ ਨਾਲ ਜਾ ਕੇ ਲੜੇ ਕਿਸੇ ਨਾ ਕਿਸੇ ਢੰਗ ਨਾਲ ਵੀ ਆਪਦੇ ਹੱਕ ਲੈ ਕੇ ਆਈਏ ਅਸੀਂ ਉੱਥੋਂ। ਪਰ ਇਸ ਵੇਲੇ ਸਾਡੀ ਜਿਹੜੀ ਫੋਕਸ ਪੁਆਇੰਟ ਆ, ਉਹ ਫੋਕਸ ਪੁਆਇੰਟ ਕੀ ਹੋਣਾ ਚਾਹੀਦਾ, ਪੋਲੀਟੀਕਲ ਡਿਪਲੋਮੈਸੀ ਦੀ ਜੰਗ ਆ, ਟੇਬਲ 'ਤੇ ਜਾ ਕੇ ਲੜਾਈ ਹੋਣੀ ਆ, ਉੱਥੇ ਕਿਵੇਂ ਜਿੱਤਣਾ, ਸਾਡੀ ਪ੍ਰੈਪਰੇਸ਼ਨ ਕੀ ਆ, ਸਾਡਾ ਨੈਗੋਸ਼ੀਏਟਰ ਕੌਣ ਹੋਊਗਾ, ਕਿੰਨੇ ਕੁ ਸਟਰੋਂਗ ਆ ਉਹ, ਠੀਕ ਆ, ਦੁਸ਼ਮਣ ਕੌਣ ਆ, ਉਹਨਾਂ ਦੀ ਮਾਨਸਿਕਤਾ ਅਤੇ ਤਾਸੀਰ ਜਿਵੇਂ ਮੈਂ ਕਿਹਾ ਉਹਨੂੰ ਸਮਝ ਕੇ ਫਿਰ ਉਹ ਕੀ ਤੁਹਾਡੇ 'ਤੇ ਅਟੈਕ ਕਰ ਸਕਦੇ ਆ। ਕੱਲ੍ਹ ਨੂੰ ਸਟੇਟ ਬਹੁਤ ਪਾਵਰਫੁੱਲ ਆ, ਸਟੇਟ ਕੀ ਐਕਸ਼ਨ ਲੈ ਸਕਦੀ ਆ, ਉਹਦੇ ਉਹਨੂੰ ਕਿਵੇਂ ਨਜਿੱਠਣਾ, ਇਹ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਆ ਇਸ ਵੇਲੇ, ਨਾ ਕਿ ਇਹ ਕੌਨਸਨਟ੍ਰੇਟ ਕਰੀਏ ਵੀ ਕੋਈ ਪਾਰਟੀ ਕੱਢੀਏ, ਕੋਈ ਆਗੂ ਕੱਢੀਏ, ਇਹ ਬਾਅਦ ਦੀਆਂ ਗੱਲਾਂ, ਲੋਕ ਆਪੇ ਡਿਸਾਈਡ ਕਰ ਦਿੰਦੇ ਹਨ। ਵੀਰਲਾ ਸਵਾਲ ਹੈ, ਸਾਜ਼ਿਸ਼ਾਂ ਬਹੁਤ ਹੋਣਗੀਆਂ ਕਿਉਂਕਿ ਸਟੇਟਾਂ ਅਤੇ ਸੈਂਟਰ ਹਮੇਸ਼ਾ ਹੀ ਤਾਕਤਵਰ ਹੁੰਦੇ ਨੇ, ਬਹੁਤ ਸਾਜ਼ਿਸ਼ਾਂ ਹੋਣਗੀਆਂ ਇਹਨਾਂ ਸਾਰੇ ਸੰਘਰਸ਼ਾਂ ਨੂੰ ਖਤਮ ਕਰਨ ਵਾਸਤੇ, ਕੀ ਉਹਨਾਂ ਸਾਰੀਆਂ ਸਾਜ਼ਿਸ਼ਾਂ ਲਈ ਜਾਂ ਜਿਹੜਾ ਕੁਛ ਏਜੰਸੀਜ਼ ਦੁਆਰਾ ਕ੍ਰੀਏਟ ਕੀਤਾ ਜਾ ਸਕਦਾ ਹੁੰਦਾ, ਕੀ ਉਸ ਲਈ ਕੋਈ ਰਣਨੀਤੀ ਬਣਾਈ ਹੈ ਜਾਂ ਉਹਨੂੰ ਧਿਆਨ 'ਚ ਰੱਖਿਆ ਉਸ ਚੀਜ਼ਾਂ ਨੂੰ? ਦੇਖੋ ਗੱਲ ਐਂ ਆ, ਸਾਜ਼ਿਸ਼ ਕੀ ਹੁੰਦੀ ਆ, ਸਟੇਟ ਨੇ ਇੱਕ ਆਪਦੀ ਸੋਚ ਦੇਣੀ ਹੁੰਦੀ ਆ, ਲੋਕਾਂ ਨੂੰ ਇੱਕ ਨੈਰੇਟਿਵ ਪੈਦਾ ਕਰਨਾ ਹੁੰਦਾ, ਅਸੀਂ ਲੜ ਰਹੀ ਧਿਰ ਨੇ ਉਸ ਨੈਰੇਟਿਵ ਨੂੰ ਡਿਸਟਰੋਏ ਵੀ ਕਰਨਾ ਹੁੰਦਾ ਅਤੇ ਆਪਦਾ ਨੈਰੇਟਿਵ ਵੀ ਦੇਣਾ ਹੁੰਦਾ, ਹੈ ਨਾ। ਹੁਣ ਸਾਜ਼ਿਸ਼ ਸਭ ਤੋਂ ਵੱਡੀ ਕੀ ਆ, ਸਟੇਟ ਜਾਂ ਇਸ ਵੇਲੇ ਜਿਹੜੀ ਸਰਕਾਰ ਆ ਉਹਨੇ ਇੰਡੀਵਿਜੁਅਲਿਸਟਿਕ ਬੰਦਿਆਂ 'ਤੇ ਅਟੈਕ ਕਰਨੇ ਆ, ਉਹ ਫਿਜ਼ੀਕਲੀ ਵੀ ਹੋ ਸਕਦੇ ਆ, ਉਹ ਕਿਸੇ ਹੋਰ ਢੰਗ ਨਾਲ ਵੀ ਘੇਰ ਸਕਦੇ ਆ, ਉਹਨਾਂ ਨੇ ਇੰਡੀਵਿਜੁਅਲਸ ਨੂੰ ਟਾਰਗੇਟ ਕਰਨਾ। ਜੇ ਤੁਸੀਂ ਕਹੋ ਇੱਕ ਮਾਸ ਮੂਵਮੈਂਟ ਕਰਨਗੇ,
ਉਹਨਾਂ ਨੂੰ ਪਤਾ ਮਾਸ ਮੂਵਮੈਂਟ ਬਹੁਤ ਦੂਰ ਤਾਂ ਹੀ ਜਾਊਗੀ, ਲੋਕ ਜਮਾਂ ਹੀ ਖਿਲਾਫ ਹੋ ਜਾਣਗੇ, ਹਾਂ ਵਿਦਰੋਹ ਫੈਲ ਜਾਂਦਾ। ਹਾਂਜੀ, ਇਸ ਵੇਲੇ ਇੰਡੀਵਿਜੂਅਲਸ ਨੂੰ ਟਾਰਗੇਟ ਕਰਨਾ, ਬਸ ਸਾਨੂੰ ਇਹੀ ਦੇਖਣਾ ਪੈਣਾ ਵੀ ਇੰਡੀਵਿਜੂਅਲਸ ਟਾਰਗੇਟ ਹੋ ਕੇ ਸਾਨੂੰ ਕਿਤੇ ਗੁੰਮਰਾਹ ਨਾ ਕਰ ਦੇਣ। ਇਸ ਲਈ ਇੱਕ ਕਲੈਕਟਿਵ ਲੀਡਰਸ਼ਿਪ ਪੈਦਾ ਕਰੋ ਵੀ ਜੇ ਇੱਕ ਥਿਰਕਦਾ ਤਾਂ ਦੂਜਾ ਖੜ੍ਹਾ, ਹੈ ਨਾ, ਜੇ ਦੂਜਾ ਥਿਰਕਦਾ ਤਾਂ ਅਗਲਾ ਖੜ੍ਹਾ, ਤਾਂ ਕਿ ਸਾਡੇ ਕੋਲ ਉਹ ਸਕੋਪ ਹੀ ਨਾ ਰਹੇ ਵੀ ਇੰਡੀਵਿਜੂਅਲ ਅਟੈਕਸ ਨੂੰ ਵੀ ਉਹ ਕਰਕੇ ਕਿਸੇ ਨੂੰ ਗਦਾਰ ਕਰ ਦੇਣ। ਮੰਨ ਲਓ ਮੈਨੂੰ ਗਦਾਰ ਕਰਕੇ ਕਿਸੇ ਨੂੰ ਵੀ ਕਰਕੇ, ਸੋ ਮੇਰੇ 'ਤੇ ਡਿਪੈਂਡੈਂਸੀ ਨਾ ਹੋਵੇ, ਕਿਸੇ ਹੋਰ 'ਤੇ ਨਾ ਹੋਵੇ, ਇੱਕ ਕਲੈਕਟਿਵ ਲੀਡਰਸ਼ਿਪ ਹੈਂਡਲ ਕਰ ਰਹੀ ਹੋਵੇ ਇਸ ਗੱਲ ਨੂੰ। ਹਾਂਜੀ, ਬਹੁਤ ਸ਼ੁਕਰੀਆ ਦੀਪ ਸਿੱਧੂ ਬਾਈ, ਤੁਸੀਂ ਬੇਬਾਕੀ ਨਾਲ ਗੱਲਬਾਤ ਕੀਤੀ ਔਰ ਪ੍ਰੋਗਰਾਮ ਤੁਹਾਡਾ ਲੰਬਾ ਔਰ ਇਹ ਜ਼ਰੂਰੀ ਗੱਲ ਹੈ ਕਿ ਪ੍ਰੋਗਰਾਮ ਦੀ ਥੋਟ ਅਤੇ ਪ੍ਰੋਗਰਾਮ ਦੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਹੜੇ ਰਾਹ ਤੁਰਨਾ ਆਪਣੇ ਪ੍ਰੋਗਰਾਮ ਲੈ ਕੇ। ਬਹੁਤ ਸ਼ੁਕਰੀਆ, ਥੈਂਕ ਯੂ ਵਾਟਸਐਪ ਪੰਜਾਬ ਦੇ ਨਾਲ ਗੱਲ ਕਰ ਲਈ। ਦੀਪ ਸਿੱਧੂ ਹੋਰਾਂ ਦੀ ਜਿਹੜੀ ਗੱਲਬਾਤ ਹੈ ਉਸ ਦੇ ਵਿੱਚੋਂ ਕੁੱਲ ਮਿਲਾ ਕੇ ਜਿਹੜਾ ਤੱਤਕਰ ਹੈ ਉਹ ਇਹ ਨਿਕਲਦਾ ਕਿ ਸਾਨੂੰ ਕਲੈਕਟਿਵ ਲੀਡਰਸ਼ਿਪ ਕ੍ਰੀਏਟ ਕਰਨੀ ਪਏਗੀ, ਦੂਸਰੀ ਗੱਲ ਸਾਨੂੰ ਇੱਕ ਬਰਾਬਰ ਦਾ ਪ੍ਰੋਗਰਾਮ ਦੇਣਾ ਪਏਗਾ, ਗੱਲ ਸਿਰਫ ਕਿਸਾਨੀ ਮਸਲਿਆਂ ਜਾਂ MSP ਤੱਕ ਹੀ ਸੀਮਿਤ ਨਾ ਰੱਖੀ ਜਾਵੇ ਬਲਕਿ ਸੂਬਿਆਂ ਦੇ ਵਿਸ਼ੇਸ਼ ਅਧਿਕਾਰਾਂ ਦੀ ਜਿਹੜੀ ਲੜਾਈ ਹੈ ਜਾਂ ਮੰਗ ਹੈ ਉਸ ਨੂੰ ਜ਼ਿਆਦਾ ਧਿਆਨ ਦੇ ਵਿੱਚ ਰੱਖਿਆ ਜਾਵੇ। ਦਿਓ ਇਜਾਜ਼ਤ, ਬਣੇ ਰਹੋ ਵਾਇਸ ਆਫ ਪੰਜਾਬ TV ਦੇ ਨਾਲ। ਸਤਿ ਸ਼੍ਰੀ ਅਕਾਲ।